ਪੰਜਾਬ ਕਾਂਗਰਸ ਨਾਲ ਜੁੜੀ ਹੋਈ ਹੈ। ਪੰਜਾਬ ਕਾਂਗਰਸ ਦੇ ਵਿੱਚ ਨਾਰਾਜ਼ਗੀ ਜਾਰੀ ਹੈ। ਨਾਰਾਜ਼ਗੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਹੈ ਤੇ ਹੁਣ ਗੱਲ ਆ ਕੇ ਅੜ ਗਈ ਹੈ ਮੁਆਫੀ ਤੇ। ਪੰਜਾਬ ਕਾਂਗਰਸ ਦੇ ਵਿੱਚ ਹੁਣ ਸੁਲਾ ਦਾ ਫਾਰਮੂਲਾ ਮੁਆਫੀ ਤੇ ਆ ਕੇ ਅੜ ਗਿਆ ਹੈ। ਜੀ ਹਾਂ, ਕੈਪਟਨ ਅਜੇ ਵੀ ਸਿੱਧੂ ਤੋਂ ਨਾਰਾਜ਼ ਨੇ। ਕੈਪਟਨ ਸਿੱਧੂ ਦੀ ਮਾਫੀ ਤੇ ਅੜੇ ਹੋਏ ਨੇ। ਕੈਪਟਨ ਨੇ ਸਾਫ ਕਰ ਦਿੱਤਾ ਹੈ ਕਿ ਜਦੋਂ ਤੱਕ ਸਿੱਧੂ ਜਨਤਕ ਤੌਰ ਤੇ ਮਾਫੀ ਨਹੀਂ ਮੰਗਦੇ ਉਦੋਂ ਤੱਕ ਉਹ ਸਿੱਧੂ ਨਾਲ ਕੋਈ ਮੁਲਾਕਾਤ ਨਹੀਂ ਕਰਨਗੇ। ਦੂਜੇ ਪਾਸੇ ਕੈਪਟਨ ਦੀ ਨਾਰਾਜ਼ਗੀ ਤੇ ਸਿੱਧੂ ਖਾਮੋਸ਼ ਨੇ, ਪਰ ਸ਼ਕਤੀ ਪ੍ਰਦਰਸ਼ਨ ਜਾਰੀ ਹੈ। ਸ਼ਕਤੀ ਪ੍ਰਦਰਸ਼ਨ ਜ਼ਰੀਏ ਸਿੱਧੂ ਆਪਣੀ ਤਾਕਤ ਵਿਖਾਉਣ ਦੇ ਵਿੱਚ ਜੁਟੇ ਹੋਏ ਨੇ। ਸਿੱਧੂ ਨੇ ਅੱਜ ਆਪਣੀ ਰਿਹਾਇਸ਼ ਤੇ ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਸੱਦਿਆ ਹੈ। ਸਿੱਧੂ ਖੇਮਾ ਵਿਖਾਉਣ 'ਚ ਜੁਟਿਆ ਹੋਇਆ ਹੈ ਕਿ ਉਹਨਾਂ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਵਿਧਾਇਕ ਨੇ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਜ ਸਿੱਧੂ ਦੇ ਘਰ 60 ਤੋਂ ਜ਼ਿਆਦਾ ਵਿਧਾਇਕ ਪਹੁੰਚਣਗੇ। ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ, ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ। ਪਰ ਸਵਾਲ ਵੱਡਾ ਇਹ ਹੈ ਕਿ ਮੁਲਾਕਾਤਾਂ ਵਿਧਾਇਕਾਂ ਨਾਲ, ਮੰਤਰੀਆਂ ਨਾਲ ਤਾਂ ਹੋ ਰਹੀਆਂ ਨੇ, ਪਰ ਵੱਡੀ ਮੁਲਾਕਾਤ ਜਿਸ ਤੇ ਸਾਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ, ਉਹ ਮੁਲਾਕਾਤ ਆਖਿਰ ਕਦੋਂ ਹੋਏਗੀ? ਇਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ ਹੈ। ਇੱਕ ਵਾਰ ਫਿਰ ਦੱਸ ਦਈਏ ਕਿ ਕੈਪਟਨ ਤੇ ਸਿੱਧੂ ਦੀ ਮੁਲਾਕਾਤ ਮੁਆਫੀ ਤੇ ਅੜੀ ਹੋਈ ਹੈ। ਕੀ ਸਿੱਧੂ ਮੁਆਫੀ ਵੀ ਮੰਗ ਸਕਦੇ ਨੇ ਜਾਂ ਫਿਰ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ? ਰਿਪੋਰਟ ਐਸ 7 ਨਿਊਜ਼।